ਦੇ ਲਈ। ਜੀ ਰਾੜਾ ਸਾਹਿਬ ਸੰਪਰਦਾਇ ਤੋਂ ਸੰਤ ਬਾਬਾ ਭੁਪਿੰਦਰ ਸਿੰਘ ਜੀ ਜਰਗ ਵਾਲੇ ਆਪ ਜੀ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਵਾਦ ਵਿਵਾਦ ਜੋ ਚੱਲ ਰਿਹਾ ਹੈ ਮਹਾਂਪੁਰਸ਼ਾਂ ਦੀ ਬਾਬਤ, ਜਾਂ ਇਲਜ਼ਾਮ ਲਾਏ ਜਾ ਰਹੇ ਨੇ, ਇਹ ਤਾਂ ਇੱਕ ਸੱਚਾਈ ਹੈ। ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਦਾ ਵਚਨ ਹੈ ਵੀ ਜੇ ਕੋ ਨਾਉ ਲਏ ਬਦਨਾਮੀ, ਕਲ ਕੇ ਲੱਖਣ ਇਹੀ। ਅਸਲੀ ਕਲਯੁੱਗ ਦੇ ਲੱਛਣ ਹਨ। ਕੋਈ ਸੱਚਾਈ 'ਤੇ ਚੱਲਦਾ, ਇੱਕ ਬੰਦਾ ਸੱਚਾਈ 'ਤੇ ਚੱਲਦਾ, ਕਲਯੁੱਗ ਦਾ ਪ੍ਰਭਾਵ ਲੱਖਾਂ ਨੂੰ ਰੋਕਣ ਵਾਸਤੇ ਤਿਆਰ ਹਨ। ਇਸੇ ਤਰ੍ਹਾਂ ਜੇ ਮਹਾਂਪੁਰਸ਼ ਪ੍ਰਚਾਰ ਕਰਦੇ ਨੇ, ਕੋਈ ਵੀ ਕਰਦੇ ਨੇ, ਚਾਹੇ ਏਜੰਸੀਆਂ ਐਸੀਆਂ ਪਿੱਛੇ ਬੈਠੀਆਂ ਨੇ, ਉਹ ਨਹੀਂ ਚਾਹੁੰਦੀਆਂ ਵੀ ਗੁਰਮਤ ਦਾ ਪ੍ਰਚਾਰ ਹੋਵੇ। ਕਈ ਦਫ਼ਾ ਸਰਕਾਰਾਂ ਵੀ ਨਹੀਂ ਚਾਹੁੰਦੀਆਂ, ਸੱਚਾਈ ਹੈ ਇਹ। ਇਸੇ ਕਰਕੇ ਸਿੱਖੀ ਨੂੰ ਢਾਹ ਲੱਗ ਰਹੀ ਹੈ ਨਾ। ਇੰਨੇ ਨਸ਼ੇ ਆਉਣੇ, ਇੰਨਾ ਪਤਿਤਪਣਾ ਹੋਣਾ, ਇੰਨਾ ਪ੍ਰਚਾਰ ਹੋਣ ਦੇ ਬਾਵਜੂਦ ਵੀ, ਅੰਮ੍ਰਿਤਧਾਰੀ ਸਿੰਘ ਸਜਾਉਣ ਦੇ ਬਾਵਜੂਦ ਵੀ, ਫਿਰ ਵੀ ਅਜੇ ਪੰਜਾਬ ਵਿੱਚ ਕੋਈ ਮੋੜਾ ਨਹੀਂ ਪੈ ਰਿਹਾ। ਇਹਦਾ ਕਾਰਨ ਇਹੋ ਹੀ ਹੈ ਵੀ ਬਿਲਕੁਲ ਉਹ ਏਜੰਸੀਆਂ ਆਪਣੇ ਕੰਮ ਵਿੱਚ ਕਾਮਯਾਬ ਹੋ ਰਹੀਆਂ ਨੇ, ਅਤੇ ਪਰ ਮਹਾਂਪੁਰਸ਼ਾਂ ਨੂੰ ਕੋਈ ਪਰਵਾਹ ਨਹੀਂ ਕਰਨੀ ਚਾਹੀਦੀ। ਸੂਰਜ ਨੂੰ ਕੋਈ ਫਰਕ ਨਹੀਂ ਪੈਂਦਾ, ਜੇ ਕੋਈ ਅਸਮਾਨ ਦੇ ਉੱਪਰ ਥੁੱਕਦਾ ਤਾਂ ਥੁੱਕ ਉਹਦੇ ਮੂੰਹ 'ਤੇ ਪੈਂਦਾ, ਅਤੇ ਜੇ ਕੋਈ ਇਲਜ਼ਾਮ ਲਾਉਂਦਾ ਤਾਂ ਸਭ ਨਿਰਮੂਲ ਹਨ, ਕੋਈ ਫਰਕ ਨਹੀਂ ਹੈ। ਅਤੇ ਇਸ ਕਰਕੇ ਇਹ ਤਾਂ ਇੱਕ ਸੱਚ ਤਾਂ ਸੱਚ ਹੀ ਰਹਿਣਾ, ਕੂੜ ਨਖੋਟੇ ਨਾਨਕਾ ਓੜਕ ਸੱਚ ਰਹੀ, ਅਖੀਰ ਸੱਚ ਪ੍ਰਗਟ ਹੀ ਹੋ ਜਾਂਦਾ, ਅਤੇ ਝੂਠ ਨੂੰ ਮੂੰਹ ਦੀ ਖਾਣੀ ਪੈਂਦੀ ਹੈ। ਅਤੇ ਸੰਗਤਾਂ ਨੂੰ ਜ਼ਰੂਰ ਬੇਨਤੀ ਕਰਾਂਗੇ ਵੀ ਇਹੋ ਜਿਹੇ ਪ੍ਰਚਾਰ ਤੋਂ ਜਿਹੜਾ ਕਿ ਤੁਹਾਨੂੰ ਗੁੰਮਰਾਹ ਕਰਦਾ ਹੈ, ਸਿੱਖੀ ਤੋਂ ਜਾਂ ਮਹਾਂਪੁਰਸ਼ਾਂ ਤੋਂ ਜਾਂ ਗੁਰਮਤਿ ਦੇ ਪ੍ਰਚਾਰ ਤੋਂ ਗੁੰਮਰਾਹ ਕਰਦਾ ਕੋਈ, ਉਹਨੂੰ ਜਿਹੜਾ ਸੋਚ ਲੈਣਾ ਉਹ 'ਤੇ ਅਮਲ ਕਰਨ ਦੀ ਬਜਾਏ ਉਹਦਾ ਜਵਾਬ ਦੇਣਾ। ਹਰ ਇੱਕ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਦਾ ਪਰਮ ਧਰਮ ਬਣ ਜਾਂਦਾ ਹੈ। ਇਹ ਨਹੀਂ ਵੀ ਨਾਲ ਦੀ ਨਾਲ ਉਸੇ ਤਰ੍ਹਾਂ ਹਾਂ ਛਾਂ ਮਿਲਾ ਦਿਓ, ਅਤੇ ਉਹ ਨਹੀਂ ਹੈ, ਉਹ ਗਲਤ ਹੈ। ਇਸ ਕਰਕੇ ਮਹਾਰਾਜ ਕਿਰਪਾ ਕਰਨ ਇਸੇ ਤਰ੍ਹਾਂ ਚੜ੍ਹਦੀ ਕਲਾ ਰਹੇਗੀ, ਅਤੇ ਪੰਥ ਦੀ ਚੜ੍ਹਦੀ ਕਲਾ ਰਹੀ, ਅਤੇ ਬੜੀਆਂ ਏਜੰਸੀਆਂ ਆਈਆਂ ਅਤੇ ਮਰ ਗਈਆਂ, ਖਤਮ ਹੋ ਗਈਆਂ, ਪਰ ਪੰਥ ਨੂੰ ਕਦੇ ਕਦੇ ਵੀ ਕੋਈ ਨੀਵਾਂ ਨਹੀਂ ਕਰ ਸਕਦਾ, ਨੀਚਾ ਨਹੀਂ ਕਰ ਸਕਦਾ। ਇਹ ਤਾਂ ਜਦੋਂ ਪੜ੍ਹਦੇ ਹਾਂ ਨਾ ਆਪਾਂ, ਪੰਥ 'ਤੇ ਦੀਆਂ ਗੂੰਜਾਂ ਨਿਤੋਂ ਨਿਤ ਪੈ ਦਿਨੋਂ ਦਿਨ ਪੈਣਗੀਆਂ। ਕਈ ਇਹ 'ਤੇ ਵੀ ਤਰਕ ਕਰਦੇ ਨੇ, ਲਓ ਜੀ ਸੰਤੇ ਪੜ੍ਹੀ ਜਾ ਰਹੇ ਨੇ, ਕਿਹੜੀਆਂ ਗੂੰਜਾਂ ਪੈ ਰਹੀਆਂ ਨੇ। ਅਤੇ ਗੂੰਜਾਂ ਦਾ ਮਤਲਬ ਹੈ ਵੀ ਸੱਚਾਈ 'ਤੇ ਚੱਲਦੇ ਤੁਰੇ ਜਾਣਾ, ਅਤੇ ਕੰਡੇ ਤਾਂ ਆਉਣਗੇ, ਕਿਉਂਕਿ ਜਦੋਂ ਸੱਚ ਨੂੰ ਸੱਚ 'ਤੇ ਚੱਲਾਂਗੇ ਤਾਂ ਮੁਸ਼ਕਲਾਂ ਤਾਂ ਆਉਣਗੀਆਂ ਹੀ, ਕਿਉਂਕਿ ਮਿਸ਼ਨ ਹੈ ਨਾ ਗੁਰੂ ਨਾਨਕ ਦਾ। ਜਿਹੜੇ ਜਿਹੜੇ ਵੀ ਚੱਲੇ ਉਹਨਾਂ ਨੂੰ ਔਕੜਾਂ ਝੱਲਣੀਆਂ ਪਈਆਂ, ਫਾਂਸੀਆਂ 'ਤੇ ਚੜ੍ਹਨਾ ਪਿਆ, ਚਰਖੜੀਆਂ 'ਤੇ ਚੜ੍ਹਨਾ ਪਿਆ, ਅਤੇ ਹੋਰ ਕਿਤਨੇ ਤਸੀਹੇ ਝੱਲਣੇ ਪਏ ਜੇ ਉਹਨਾਂ ਨੇ ਮੁੱਖ ਨਹੀਂ ਮੋੜਿਆ। ਕਿਉਂਕਿ ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ, ਇਹ ਬਿਖਮ ਮਾਰਗ ਹੈ, ਇਹ ਕੋਈ ਸੌਖਾ ਰਸਤਾ ਨਹੀਂ ਹੈ। ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀਂ ਬੋਲਣਾ, ਜਾਣੀ ਇਹ ਰਸਤਾ ਜਿਹੜਾ ਹੈ ਭਗਤਾਂ ਦਾ ਦੁਨੀਆ ਤੋਂ ਅਲੱਗ ਹੀ ਹੈ। ਭਗਤਾਂ ਅਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਜਿਹੜੇ ਸੱਚ 'ਤੇ ਚੱਲੇ ਨੇ ਉਹ ਰੁਕਣਗੇ ਨਹੀਂ, ਅਤੇ ਉਹਨਾਂ ਨੂੰ ਰੁਕਣਾ ਵੀ ਨਹੀਂ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।